ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ। ਸੰਗਰੂਰ ਦੀ ਅਹਿਮ ਸੀਟ ਕਾਟੋ ਕਲੇ ਸੀਗਾ ਪਹਿਲਾਂ ਕਾਂਗਰਸ ਦੇ ਵਿੱਚ, ਕਹਿੰਦੇ ਟਿਕਟ ਦਲਵੀਰ ਗੋਲਡੀ ਨੂੰ ਦਿੱਤੀ ਜਾ ਸਕਦੀ ਸੀਗੀ, ਜ਼ੋਰ ਲੱਗਿਆ ਹੋਇਆ ਸੀਗਾ ਦਲਵੀਰ ਗੋਲਡੀ ਦਾ, ਅਤੇ ਹੁਣ ਬਾਗੋ ਬਾਗ ਹੋ ਗਏ ਖੁਸ਼ੀ ਦੇ ਵਿੱਚ, ਜ਼ਮੀਨ ਦੇ ਉੱਤੇ ਪੈਰ ਨਹੀਂ ਲੱਗ ਰਹੇ ਦਲਵੀਰ ਗੋਲਡੀ ਦੇ, ਕਿਉਂਕਿ ਸੁਖਪਾਲ ਸਿੰਘ ਖਹਿਰਾ ਹਾਰਦੇ ਨਜ਼ਰ ਆ ਰਹੇ ਨੇ। ਅਤੇ ਤੁਹਾਨੂੰ ਮੈਂ ਇੱਕ ਵਾਰੀ ਪਿੱਛੇ ਲੈ ਜਾਵਾਂ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਸੰਗਰੂਰ ਦੇ ਵਿੱਚ ਵੋਟਾਂ ਪਈਆਂ ਸੀਗੀਆਂ, ਦਲਵੀਰ ਗੋਲਡੀ ਹੋਰਾਂ ਨੂੰ ਵੋਟਾਂ ਤਾਂ ਬਹੁਤ ਘੱਟ ਪਈਆਂ ਸੀਗੀਆਂ, ਮਾਨ ਸਾਹਿਬ ਦੇ ਬਰਾਬਰ ਲੜ ਰਹੇ ਸੀਗੇ ਵਿਧਾਨ ਸਭਾ ਚੋਣਾਂ, ਪਰ ਕਿਤੇ ਨਾ ਕਿਤੇ ਰਹਿ ਗਏ। ਪਰ ਹੁਣ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੋਇਆ, ਅਤੇ ਆਮ ਆਦਮੀ ਪਾਰਟੀ ਦੇ ਪੱਲੇ ਦੇ ਵਿੱਚ ਜਾ ਕੇ ਅੱਜ ਮੀਤ ਹੋਰਾਂ ਦੇ ਲਈ ਜਿਹੜੇ ਨੇ ਇੱਕ ਫੇਸਬੁੱਕ ਦੇ ਉੱਤੇ ਟਿੱਪਣੀ ਕਰ ਰਹੇ ਨੇ, ਸ਼ੇਰੋ ਸ਼ਾਰੀ ਕਰ ਰਹੇ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ, ਜਿਹੜੇ ਨੇ ਹੱਥ ਜੋੜ ਦਿੱਤੇ ਨੇ, ਫੁੱਲ ਦੇ ਦਿੱਤੇ ਨੇ। ਇੱਕ ਵਾਰੀ ਸ਼ੇਅਰ ਪੜ੍ਹ ਕੇ ਸੁਣਾ ਦੇਵਾਂ ਕਿ ਕੀ ਲਿਖ ਰਹੇ ਨੇ। ਅਸੂਲੋ ਪੇ ਜਹਾਂ ਆਚ ਆਏ ਟਕਰਾਨਾ ਜ਼ਰੂਰੀ ਹੈ, ਇਹ ਕਹਿ ਰਹੇ ਨੇ ਦਲਵੀਰ ਗੋਲਡੀ ਸੰਗਰੂਰ ਤੋਂ, ਜੋ ਕਿ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਸੀਗੇ ਕਿ ਮੇਰੀ ਘਰ ਵਾਲੀ ਟਾਪ ਪਵਾ ਦੂਗੀ, ਇਹ ਉਹ ਫੇਸਬੁੱਕ ਦੇ ਉੱਤੇ ਲਿਖ ਰਹੇ ਨੇ। ਫਿਰ ਤੋਂ ਪੜ੍ਹ ਕੇ ਸੁਣਾਉਂਦਾ, ਅਸੂਲੋ ਪੇ ਜਹਾਂ ਜਾਂਚ, ਰਿਪੀਟ ਕਰਦਾ, ਅਸੂਲੋ ਪੇ ਜਹਾਂ ਆਂਚ ਆਏ ਟਕਰਾਨਾ ਜ਼ਰੂਰੀ ਹੈ, ਜੋ ਜਿੰਦਾ ਹੈ ਤੋ ਫਿਰ ਜਿੰਦਾ ਨਜ਼ਰ ਆਉਣਾ ਜ਼ਰੂਰੀ ਹੈ, ਸਲੀਕਾ ਹੀ ਨਹੀਂ ਸ਼ਾਇਦ ਉਸੇ ਮਹਿਸੂਸ ਕਰਨੇ ਕਾ, ਜੋ ਕਹਤੇ ਹੈ ਖੁਦਾ ਤੋ ਨਜ਼ਰ ਆਉਣਾ ਜ਼ਰੂਰੀ ਹੈ। ਹੁਣ ਇਹ ਕਹਿ ਕੇ ਨੂੰ ਰਹੇ ਨੇ, ਇਹ ਗੱਲਾਂ ਜਿਹੜੀਆਂ ਨੇ ਟੈਗ ਅਮੀਤ ਹੋਰਾਂ ਨੂੰ ਕਰ ਦਿੱਤੀਆਂ, ਪਰ ਵਿੱਚੋਂ ਵਿੱਚ ਹੀ ਬਾਗੋ ਬਾਗ ਹੋ ਗਏ ਨੇ ਖਹਿਰਾ ਸਾਹਿਬ ਹੋਰਾਂ ਦੀ ਜਿਹੜੀ ਹਾਰ ਨੂੰ ਦੇਖਦੇ ਹੋਏ। ਜਿਸ ਤਰੀਕੇ ਦੇ ਨਾਲ ਹੁਣ ਜੇ ਐਮ ਪੀ ਬਣਦੇ ਨੇ ਅਮੀਤ ਹੇਰ, ਮੈਂਬਰ ਆਫ ਪਾਰਲੀਮੈਂਟ ਬਣਦੇ ਨੇ, ਤਾਂ ਤਿਆਰੀ, ਲੋਕ ਕਮੈਂਟ ਕਰ ਰਹੇ ਨੇ ਬਈ ਤਿਆਰੀ ਕਰ ਲਓ, ਬਰਨਾਲਾ ਸੀਟ ਖਾਲੀ ਹੋ ਗਈ, ਲੋਕ ਕਮੈਂਟ ਕਰ ਰਹੇ ਨੇ। ਮੈਂ ਤੁਹਾਨੂੰ ਕਮੈਂਟ ਵੀ ਦੱਸ ਦਵਾਂ, ਇਹ ਉਹਨਾਂ ਦੀ ਟਿੱਪਣੀ ਹੈ ਜਿਹੜੀ ਟਿੱਪਣੀ ਦੇ ਥੱਲੇ ਲੋਕ ਕਮੈਂਟ ਕਰ ਰਹੇ ਨੇ, ਦੱਸ ਰਹੇ ਨੇ ਕਿ ਵਧਾਈਆਂ ਬਈ ਗੋਲਡੀ, ਛੇਤੀ ਹੁਣ ਤਿਆਰੀ ਖਿੱਚ ਕੇ ਹੁਣ ਬਰਨਾਲੇ ਤੋਂ ਆਪਾਂ ਐਮ ਐਲ ਏ ਬਣਨਾ। ਜਿਸ ਤਰੀਕੇ ਦੇ ਨਾਲ ਜ਼ਿਮਨੀ ਚੋਣਾਂ ਹੋਣੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਜਿੱਥੋਂ ਜਿੱਥੋਂ ਕੋਈ ਐਮ ਐਲ ਏ ਜਿੱਤੇਗਾ ਉਹ ਉੱਥੋਂ ਦੀ ਸੀਟ ਖਾਲੀ ਹੋਏਗੀ, ਭਾਵੇਂ ਉਹ ਜਿਸ ਤਰੀਕੇ ਨਾਲ ਮੰਤਰੀ ਦੇ ਅਹੁਦੇ ਉੱਤੇ ਬੈਠਾ ਹੋਇਆ ਭਾਵੇਂ ਕੋਈ ਹੈਗਾ, ਹੁਣ ਸੀਟਾਂ ਦੇ ਉੱਤੇ ਫਸਵਾਂ ਮੁਕਾਬਲਾ ਸੀਗਾ ਜਿਸ ਤਰੀਕੇ ਨਾਲ ਚੱਲ ਰਿਹਾ। ਪਰ ਦਲਵੀਰ ਗੋਲਡੀ ਬਾਗੋ ਬਾਗ ਹੋ ਚੁੱਕੇ ਨੇ, ਉਹ ਖੁਸ਼ੀ ਮਨਾ ਰਹੇ ਨੇ ਕਿ ਬਹੁਤ ਵਧੀਆ ਹੋਇਆ, ਚੜ੍ਹਦੀ ਕਲਾ ਬਾਈ, ਬਹੁਤ ਬਹੁਤ ਮੁਬਾਰਕਾਂ। ਇਸ ਤਰੀਕੇ ਦੇ ਨਾਲ ਜਿਹੜਾ ਕਹਿੰਦੇ ਨਜ਼ਰ ਆ ਰਹੇ ਨੇ, ਇਹ ਸ਼ਹਿਰ ਜਿਹੜਾ ਹੈ ਉਹਨਾਂ ਨੇ ਆਪਣੇ ਫੇਸਬੁੱਕ ਦੇ ਉੱਤੇ ਇੱਕ ਘੰਟਾ ਪਹਿਲਾਂ ਪਾਇਆ ਹੈਗਾ, ਪਰ ਕਿਤੇ ਨਾ ਕਿਤੇ ਇਹ ਮੀਤ ਹੇਰ ਹੋਰਾਂ ਨੂੰ ਬਹੁਤ ਵੱਡੇ ਸੰਕੇਤ ਨੇ। ਪਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਹਾਰ ਦੇ ਉੱਤੇ ਦਲਵੀਰ ਗੋਲਡੀ ਹੱਸ ਰਹੇ ਨੇ, ਖੁਸ਼ੀ ਮਨਾ ਰਹੇ ਨੇ, ਜਿੱਤ ਪ੍ਰਾਪਤ ਕਰ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋਈਆਂ ਸੀਗੀਆਂ, ਉਹਨਾਂ ਨੂੰ ਆਸ ਸੀਗੀ, ਦਲਵੀਰ ਗੋਲਡੀ ਨੂੰ ਆਸ ਸੀਗੀ ਕਿ ਕਿਤੇ ਨਾ ਕਿਤੇ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਮੈਨੂੰ ਮਿਲ ਜਾਵੇਗੀ। ਕਿਤੇ ਨਾ ਕਿਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਆਡੀਓ ਵਾਇਰਲ ਹੋਈ ਜਿਸ ਦੇ ਵਿੱਚ ਕਹਿੰਦੇ ਨਜ਼ਰ ਆਏ, ਕਹਿੰਦੇ ਕਿ ਉਹਨਾਂ ਨੂੰ ਤਾਂ ਕੋਈ ਵੋਟਾਂ ਹੀ ਨਹੀਂ ਪਈਆਂ ਯਾਰ, ਉਹ ਕੀ ਕਰਨਗੇ। ਪਰ ਕਿਤੇ ਨਾ ਹੁਣ ਮਾਹੌਲ ਸਮੀਕਰਨ ਸਾਰੇ ਚੇਂਜ ਹੋ ਗਏ, ਖਹਿਰਾ ਸਾਹਿਬ ਨੂੰ ਬਹੁਤ ਘੱਟ ਵੋਟਾਂ, ਉਸ ਤੋਂ ਬਾਅਦ ਮਾਨ ਸਾਹਿਬ, ਉਸ ਤੋਂ ਪਹਿਲਾਂ ਜਿਹੜੇ ਨੇ ਮੀਂਹ ਤੇਰ, ਕਿਤੇ ਨਾ ਕਿਤੇ ਫਸਵਾਂ ਮੁਕਾਬਲਾ ਸੀਗਾ ਮੀਂਹ ਤੇਰ ਅਤੇ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਮਾਣੇ, ਤਿੰਨੇ ਸਟਰੋਂਗ ਕੈਂਡੀਡੇਟ ਸੀਗੇ। ਸੁਖਪਾਲ ਸਿੰਘ ਖਹਿਰਾ ਕਪੂਰ ਭਲੱਤ ਤੋਂ ਇੱਥੇ ਪਹੁੰਚੇ, ਇੱਥੇ ਆ ਕੇ ਕਹਿੰਦੇ ਕਿ ਅਸੀਂ ਜਿੱਤ ਪ੍ਰਾਪਤ ਕਰਾਂਗੇ, ਪਰ ਕਿਤੇ ਨਾ ਕਿਤੇ ਉਹ ਕਹਿੰਦੇ ਸੀਗੇ ਕਿ ਮੈਂ ਭਗਵੰਤ ਮਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਆਇਆ, ਮੈਂ ਆਪ ਨਹੀਂ ਆਇਆ, ਮੇਰੀ ਪਾਰਟੀ ਇੱਥੇ ਭੇਜ ਰਹੀ ਹੈ, ਭਗਵੰਤ ਮਾਨ ਮੈਨੂੰ ਸੱਦ ਰਿਹਾ। ਅਤੇ
ਜਿਹੜਾ ਹੰਕਾਰ ਹੈ ਭਗਵੰਤ ਮਾਨ ਦਾ ਉਹ ਤੋੜਾਂਗਾ। ਪਰ ਕਿਤੇ ਨਾ ਕਿਤੇ ਹੁਣ ਸੁਖਪਾਲ ਸਿੰਘ ਖਹਿਰਾ ਹੋਰੀ ਪਿੱਛੇ ਨਜ਼ਰ ਆ ਰਹੇ ਨੇ, ਮੀਤ ਇਹ ਹੋਰੀ ਜਿਹੜੇ ਨੇ ਜਿੱਤ ਪ੍ਰਾਪਤ ਕਰ ਰਹੇ ਨੇ ਮੈਂਬਰ ਆਫ ਪਾਰਲੀਮੈਂਟ, ਬਸ ਸਿਰਫ ਐਲਾਨ ਹੋਣਾ ਬਾਕੀ ਰਹਿ ਗਿਆ। ਇਹ ਮੀਤ ਹੇਰਾਂ ਲਈ ਬਹੁਤ ਖੁਸ਼ੀ ਦੀ ਖਬਰ ਹੈਗੀ ਹੈ ਅਤੇ ਲੋਕ ਸਾਰੇ ਨੇ ਤਿਆਰੀਆਂ ਕਰ ਬੈਠੇ ਨੇ ਕਿਉਂਕਿ ਲੱਡੂ ਹੋਰ ਚੀਜ਼ਾਂ ਜਿਹੜੀਆਂ ਨੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਉੱਥੇ ਲੈ ਕੇ ਪਹੁੰਚ ਰਹੇ ਨੇ ਅਤੇ ਹਜੇ ਤੱਕ ਮੀਤ ਹੇਰਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਜਾਂ ਕੁਛ ਹੋਰ ਗੱਲ ਕਹੀ ਨਹੀਂ। ਸੁਖਪਾਲ ਸਿੰਘ ਖਹਿਰਾ ਹੋਰੀ ਹਜੇ ਪਿੱਛੇ ਚੱਲ ਰਹੇ ਨੇ ਜਿਹੜੇ ਵਿਨਰ ਜਿਹੜੇ ਨੇ ਸੰਗਰੂਰ ਦੇ ਮੈਂਬਰ ਆਫ ਪਾਰਲੀਮੈਂਟ ਦੇ ਜੋ ਮੀਤ ਹੇਰਾਂ ਉਹ ਬੰਦੇ ਨਜ਼ਰ ਆ ਰਹੇ ਨੇ। ਤਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਦੀ ਸਥਿਤੀ ਹੋਏਗੀ, 6-7 ਸੀਟਾਂ ਫਿਰ ਵੀ ਕਾਂਗਰਸ ਲੈ ਜਾਏਗੀ, ਸਟਰੋਂਗ ਰਹੇਗੀ ਕਾਂਗਰਸ। ਤਾਂ ਆਮ ਆਦਮੀ ਪਾਰਟੀ ਦੇ ਹਿੱਸੇ ਵੀ 3-4, ਬੀਜੇਪੀ ਨੂੰ ਸ਼ਾਇਦ 1-2 ਸੀਟ ਵੀ ਨਾ ਆਵੇ। ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਇਹ ਸਾਰੀਆਂ ਸਮੀਕਰਨ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਉਮੀਦ ਆ ਉਹ ਸਾਰੀ ਚੇਂਜ ਹੋ ਜਾਣੀ ਹੈ, ਪਰ ਅੱਜ ਪਤਾ ਲੱਗ ਜਾਵੇਗਾ ਕਿ ਕੀ ਮਾਹੌਲ ਹੋ ਜਾਂਦਾ। ਥੋੜ੍ਹੇ ਟਾਈਮ ਦੇ ਵਿੱਚ ਨਤੀਜੇ ਜਿਹੜੇ ਨੇ ਸਾਹਮਣੇ ਆ ਜਾਣੇ ਨੇ, ਬੀਜੇਪੀ ਨੂੰ 0 ਆਉਂਦੀ ਹੈ ਜਾਂ ਫਿਰ 1-2 ਸੀਟ ਆ ਜਾਏਗੀ। ਮੀਤ ਹੇਰੋਰੀ ਜਿਹੜੇ ਨੇ ਜਿੱਤ ਪ੍ਰਾਪਤ ਕਰਦੇ ਨਜ਼ਰ ਆ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਪੱਲੇ 3 ਸੀਟਾਂ ਆ ਸਕਦੀਆਂ ਨੇ ਅਤੇ ਕਾਂਗਰਸ ਦੇ ਪੱਲੇ 7 ਸੀਟਾਂ ਆ ਸਕਦੀਆਂ ਨੇ, ਬੀਜੇਪੀ 0 ਆ ਸਕਦੀ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਹੈ 1 ਆ ਸਕਦੀ ਹੈ, ਅਦਰ 2 ਫਰੀਦਕੋਟ ਅਤੇ ਖਡੂਰ ਸਾਹਿਬ ਉਹ ਤੁਹਾਨੂੰ ਪਤਾ ਹੀ ਹੈ। ਤਾਂ ਚੰਡੀਗੜ੍ਹ ਦੀ ਵੀ ਅਹਿਮ ਸੀਟ ਹੈਗੀ ਹੈ, ਇਸ ਦੇ ਵਿੱਚ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਨੇ, ਸੰਜੇ ਟੰਡਨ ਕੀ ਥੋੜ੍ਹੀਆਂ ਕੁ ਵੋਟਾਂ ਦੇ ਨਾਲ ਅੱਗੇ ਪਿੱਛੇ ਹੈਗੇ ਨੇ। ਕੀ ਲੱਗਦਾ ਕਿ ਹੁਣ ਅਗਲੀ ਜਿਹੜੇ ਗੇੜ ਹੋਣਗੇ ਉਹਨਾਂ ਦੇ ਵਿੱਚ ਕੀ ਰਿਜ਼ਲਟ ਹੁੰਦਾ? ਪਰ ਦਲਵੀਰ ਗੋਲਡੀ ਬਾਗੋ ਬਾਗ ਨੇ ਬਰਨਾਲੇ ਤੋਂ ਹੁਣ ਤਿਆਰੀ ਹੋ ਜਾਣੀ ਹੈ MLA ਦੇ ਚੋਣਾਂ ਦੇ ਲਈ ਕਿ ਉਹਨਾਂ ਨੂੰ ਟਿਕਟ ਮਿਲਦੀ ਹੈ ਜਾਂ ਨਹੀਂ। ਫਿਰ ਜੇ ਟਿਕਟ ਮਿਲੀ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਨੇ, ਜੇ ਨਾ ਰਹੀ ਮਿਲੀ ਉਹਨਾਂ ਨੂੰ ਟਿਕਟ ਤਾਂ ਫਿਰ ਉਹ ਕੀ ਮਾਹੌਲ ਹੁੰਦਾ ਇਹ ਵੀ ਦੇਖਣਾ ਹੋਏਗਾ। ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ। ਸੰਗਰੂਰ ਦੀ ਅਹਿਮ ਸੀਟ ਕਾਟੋ ਕਲੇਸ਼ ਸੀਗਾ ਪਹਿਲਾਂ ਕਾਂਗਰਸ ਦੇ ਵਿੱਚ, ਕਹਿੰਦੇ ਟਿਕਟ ਦਲਵੀਰ ਗੋਲਡੀ ਨੂੰ ਦਿੱਤੀ ਜਾ ਸਕਦੀ ਸੀਗੀ, ਜ਼ੋਰ ਲੱਗਿਆ ਹੋਇਆ ਸੀਗਾ ਦਲਵੀਰ ਗੋਲਡੀ ਦਾ, ਅਤੇ ਹੁਣ ਬਾਗੋ ਬਾਗ ਹੋ ਗਏ ਖੁਸ਼ੀ ਦੇ ਵਿੱਚ, ਜ਼ਮੀਨ ਦੇ ਉੱਤੇ ਪੈਰ ਨਹੀਂ ਲੱਗ ਰਹੇ ਦਲਵੀਰ ਗੋਲਡੀ ਦੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਹਾਰਦੇ ਨਜ਼ਰ ਆ ਰਹੇ ਨੇ। ਅਤੇ ਤੁਹਾਨੂੰ ਮੈਂ ਇੱਕ ਵਾਰੀ ਪਿੱਛੇ ਲੈ ਜਾਵਾਂ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਸੰਗਰੂਰ ਦੇ ਵਿੱਚ ਵੋਟਾਂ ਪਈਆਂ ਸੀਗੀਆਂ, ਦਲਵੀਰ ਗੋਲਡੀ ਹੋਰਾਂ ਨੂੰ ਵੋਟਾਂ ਤਾਂ ਬਹੁਤ ਘੱਟ ਪਈਆਂ ਸੀਗੀਆਂ, ਮਾਨ ਸਾਹਿਬ ਦੇ ਬਰਾਬਰ ਲੜ ਰਹੇ ਸੀਗੇ ਵਿਧਾਨ ਸਭਾ ਚੋਣਾਂ, ਪਰ ਕਿਤੇ ਨਾ ਕਿਤੇ ਰਹਿ ਗਏ। ਪਰ ਹੁਣ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੋਇਆ ਅਤੇ ਆਮ ਆਦਮੀ ਪਾਰਟੀ ਦੇ ਪੱਲੇ ਦੇ ਵਿੱਚ ਜਾ ਕੇ ਅੱਜ ਮੀਤ ਹੋਰਾਂ ਦੇ ਲਈ ਜਿਹੜੇ ਨੇ ਇੱਕ ਫੇਸਬੁੱਕ ਦੇ ਉੱਤੇ ਟਿੱਪਣੀ ਕਰ ਰਹੇ ਨੇ, ਸ਼ੇਰੋ ਸ਼ਾਰੀ ਕਰ ਰਹੇ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਜਿਹੜੇ ਨੇ ਹੱਥ ਜੋੜ ਦਿੱਤੇ ਨੇ, ਫੁੱਲ ਦੇ ਦਿੱਤੇ ਨੇ। ਇੱਕ ਵਾਰੀ ਸ਼ੇਅਰ ਪੜ੍ਹ ਕੇ ਸੁਣਾ ਦੇਵਾਂ ਕਿ ਕੀ ਲਿਖ ਰਹੇ ਨੇ। ਅਸੂਲੋ ਪੇ ਜਹਾਂ ਆਂਚ ਆਏ ਟਕਰਾਨਾ ਜ਼ਰੂਰੀ ਹੈ, ਇਹ ਕਹਿ ਰਹੇ ਨੇ ਦਲਵੀਰ ਗੋਲਡੀ ਸੰਗਰੂਰ ਤੋਂ, ਜੋ ਕਿ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਸੀਗੇ ਕਿ ਮੇਰੀ ਘਰਵਾਲੀ ਟਾਪ ਪਵਾ ਦੂਗੀ, ਇਹ ਉਹ ਫੇਸਬੁੱਕ ਦੇ ਉੱਤੇ ਲਿਖ ਰਹੇ ਨੇ। ਫਿਰ ਤੋਂ ਪੜ੍ਹ ਕੇ ਸੁਣਾਉਂਦਾ, ਅਸੂਲੋ ਪੇ ਜਹਾਂ ਜਾਂਚ ਰਿਪੀਟ ਕਰਦਾ, ਅਸੂਲੋ ਪੇ ਜਹਾਂ ਆਂਚ ਆਏ ਟਕਰਾਨਾ ਜ਼ਰੂਰੀ ਹੈ, ਜੋ ਜ਼ਿੰਦਾ ਹੈ ਤੋ ਫਿਰ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ, ਸਲੀਕਾ ਹੀ ਨਹੀਂ ਸ਼ਾਇਦ ਉਸੇ ਮਹਿਸੂਸ ਕਰਨੇ ਕਾ, ਜੋ ਕਹਤੇ ਹੈ ਖੁਦਾ ਤੋ ਨਜ਼ਰ ਆਉਣਾ ਜ਼ਰੂਰੀ ਹੈ। ਹੁਣ ਇਹ ਕਹਿ ਕਿਹਨੂੰ ਰਹੇ ਨੇ? ਇਹ ਗੱਲਾਂ ਜਿਹੜੀਆਂ ਨੇ ਟੈਗ ਮੀਤ ਹੋਰਾਂ ਨੂੰ ਕਰ ਦਿੱਤੀਆਂ, ਪਰ ਵਿੱਚੋਂ ਵਿੱਚ ਹੀ ਬਾਗੋ ਬਾਗ ਹੋ ਗਏ ਨੇ ਖਹਿਰਾ ਸਾਹਿਬ ਹੋਰਾਂ ਦੀ ਜਿਹੜੀ ਹਾਰ ਨੂੰ ਦੇਖਦੇ ਹੋਏ। ਜਿਸ ਤਰੀਕੇ ਦੇ ਨਾਲ ਹੁਣ ਜੇ MP ਬਣਦੇ ਨੇ ਮੀਤ ਹੇਰ, ਮੈਂਬਰ ਆਫ ਪਾਰਲੀਮੈਂਟ ਬਣਦੇ ਨੇ, ਤਾਂ ਤਿਆਰੀ, ਲੋਕ ਕਮੈਂਟ ਕਰ ਰਹੇ ਨੇ ਬਈ ਤਿਆਰੀ ਕਰ ਲਓ, ਬਰਨਾਲਾ ਸੀਟ ਖਾਲੀ ਹੋ ਗਈ, ਲੋਕ ਕਮੈਂਟ ਕਰ ਰਹੇ ਨੇ।
ਮੈਂ ਤੁਹਾਨੂੰ ਕਮੈਂਟ ਵੀ ਦੱਸ ਦਵਾਂ, ਇਹ ਉਹਨਾਂ ਦੀ ਟਿੱਪਣੀ ਹੈ ਜਿਹੜੀ ਟਿੱਪਣੀ ਦੇ ਥੱਲੇ ਲੋਕ ਕਮੈਂਟ ਕਰ ਰਹੇ ਨੇ, ਦੱਸ ਰਹੇ ਨੇ ਕਿ ਵਧਾਈਆਂ ਬਾਈ ਗੋਲਡੀ, ਛੇਤੀ ਹੁਣ ਤਿਆਰੀ ਖਿੱਚ ਕੇ ਹੁਣ